ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਿਵਲ ਹਸਪਤਾਲ ਦੇ ਲੈਬੋਰਟਰੀ ਵਾਰਡ ਵਿੱਚ ਵੀ ਮਰੀਜ਼ਾਂ ਨੂੰ ਟੈਸਟ ਕਰਾਉਣ ਲਈ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਸਨ। ਲੈਬੋਰਟਰੀ ਵਿੱਚ ਜਗ੍ਹਾ ਦੀ ਘਾਟ ਕਾਰਨ ਮਰੀਜ਼ਾਂ ਨੂੰ ਜਿੱਥੇ ਗਰਮੀ ਨਾਲ ਜੂਝਣਾ ਪੈ ਰਿਹਾ, ਉੱਥੇ ਮਰੀਜ਼ਾਂ ਦਾ ਦੋਸ਼ ਹੈ ਕਿ ਡਾਕਟਰ ਉਹਨਾਂ ਦੇ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਹੁੰਦੇ। ਗਰਭਵਤੀ ਔਰਤਾਂ ਵਾਸਤੇ ਪਹਿਲ ਦੇ ਆਧਾਰ ਤੇ ਟੈਸਟ ਵੀ ਕਰਨ ਦੇ ਸਿਹਤ ਵਿਭਾਗ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਸਨ। ਦੂਜੇ ਪਾਸੇ ਇਸ ਮਾਮਲੇ ਵਿੱਚ ਵੀ SMO ਕੇ ਡਾਕਟਰ ਤਾਰਾ ਸਿੰਘ ਨੇ ਕਹਿਣਾ ਹੈ ਕਿ ਮਰੀਜ਼ਾਂ ਨੂੰ ਸਹੂਲਤ ਵਾਸਤੇ ਲੈਬੋਰਟਰੀ ਵਾਰਡ ਵਿੱਚ ਵੀ ਹੋਰ ਪੱਖੇ ਲਗਾਏ ਜਾ ਰਹੇ ਸਨ। ਤੇ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ? ਮੇਰੇ ਪਾਪਾ ਨੇ ਠੀਕ ਮਸ਼ੀਨਾਂ ਟੈਸਟ ਸਭ ਕੁਝ ਕਰਾਏ ਆ, ਮੈਂ ਬਾਹਰੋਂ ਮੈਂ ਟੈਸਟ ਕਰਾਏ ਆ, ਕਿੰਨੀ ਮਸ਼ੀਨ ਖਰਾਬ ਆ। ਹੁਣ ਮੈਂ ਬਾਹਰੋਂ ਟੈਸਟ ਕਰਾਏ ਆ, ਬਾਹਰੋਂ ਟੈਸਟ ਕਰਾਏ ਆ, ਇਹ ਵੀ ਪਾਸ ਨਹੀਂ ਕਰ ਰਹੇ। ਕਹਿੰਦੇ ਨਹੀਂ ਦੁਬਾਰਾ ਟੈਸਟ ਕਰਾਓ, ਇਹ ਮੈਂ ਪੈਸੇ ਦੇ ਕੇ ਬਾਹਰ ਕਰਾਏ ਆ, 1500 ਰੁਪਈਆ ਲਾਇਆ। ਕਿਹਦੇ ਕੋਲੋਂ ਕਰਾਏ ਤੁਸੀਂ ਇਹ ਬਾਹਰੋਂ ਟੈਸਟ? ਇਹ ਟੈਸਟ ਮੈਂ ਹੋ ਗਿਆ। ਤੁਸੀਂ SMO ਨੂੰ ਰਿਪੋਰਟ ਕੀਤੀ ਇਸ ਬਾਰੇ ਕਿ ਤੁਹਾਡੀਆਂ ਮਸ਼ੀਨਾਂ ਖਰਾਬ ਆ? ਸੁਣਦਾ ਕੋਈ ਨਹੀਂ, ਕਹਿਣਾ ਨਹੀਂ ਆ। ਪੱਖੇ ਚਾਰ ਆਰਡਰ ਕਰ ਦਿੱਤੇ ਆ, ਉਹ ਥੋੜੇ ਦਿਨਾਂ 'ਚ ਲੱਗ ਜੂਗੇ। ਤੇ ਇਹਦੇ ਨਾਲ ਮੇਰੇ ਹਿਸਾਬ ਨਾਲ ਮੌਸਮ ਗਰਮ ਆਏਗਾ ਤੇ ਸਲਾਬ ਕਰਕੇ ਵੀ ਦਿੱਕਤ ਵਿਸ਼ਣ ਕਾਫੀ ਆਉਂਦੀ ਆ, ਤੇ ਉੱਥੇ ਕੁਰਸੀਆਂ ਦਾ ਵੀ ਅਰੇਂਜਮੈਂਟ ਐਕਸਟਰਾ ਕੀਤਾ ਜਾਊਗਾ। ਸਰ, ਪ੍ਰੈਗਨੈਂਸੀ ਜਿਹੜੀ ਜੋ ਔਰਤਾਂ, ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀ, ਉਹਨਾਂ ਲਈ ਕੋਈ ਅਲੱਗ ਲੈਣ ਦੀ ਵਿਵਸਥਾ ਹੈ ਨਹੀਂ ਉੱਥੇ? ਜਿਹੜੀਆਂ ਪ੍ਰੈਗਨੈਂਟ ਵੂਮੈਨ ਦਾ, ਇਹਨਾਂ ਵਾਸਤੇ ਮੈਂ ਆਰਡਰ ਕੀਤੇ ਆ, ਖਾਸ ਕਰਕੇ ਲੈਬ ਐਕਸਰੇ ਤੇ ਜਿਹੜੇ ਡਾਕਟਰਸ ਨੇ ਵੀ ਦੇਖਣਾ ਹੈ ਕਿ ਉਹਨਾਂ ਨੂੰ ਨੋਰਮਲ ਲਾਈਨ ਦੇ ਵਿੱਚ ਨਹੀਂ ਲੱਗਣਾ, ਉਹਨਾਂ ਲਈ ਅਲੱਗ ਲਾਈਨ, ਕਿਉਂਕਿ ਉਹਨਾਂ ਦੇ ਪਹਿਲ ਦੇ ਆਧਾਰ 'ਤੇ ਦੇਖਣਾ, ਕਿਉਂਕਿ ਉਹਨੂੰ ਜ਼ਿਆਦਾ ਦੇਰ ਖੜ੍ਹੇ ਨਹੀਂ ਕਰਨਾ। ਜੇ ਮੇਰੇ ਆਰਡਰ ਕੰਪਲੀਟ ਨਹੀਂ ਹੋ ਰਹੇ ਹੋਏ ਤਾਂ ਮੈਂ ਉਹਨਾਂ ਦੁਬਾਰਾ ਚੈੱਕ ਕਰੂੰਗਾ ਕਿ ਜਿਹੜਾ ਕੋਈ ਫਾਲਡਾ ਨਹੀਂ ਕਰ ਰਿਹਾ ਉਹਦੇ ਖਿਲਾਫ ਜਿਹੜੀ ਜੋ ਵੀ ਬਣਦੀ ਕਾਰਵਾਈ ਕੀਤੀ। लेटेस्ट न्यूज देखने के लिए प्राइम ब्रेकिंग न्यूज चैनल को सब्सक्राइब करना ना भूलें और साथ ही डेली अपडेट्स पाने के लिए बेल आइकन को प्रेस